ਇਸ ਵਕਤ ਅਸੀਂ ਮੌਜੂਦਾਂ ਦਸੂਹਾ ਦੇ ਵਿੱਚ ਔਰ ਦਸੂਹਾ ਦੇ ਦੋ ਬੱਚਿਆਂ ਨੇ ਪੰਜਾਬ ਦਾ ਨਾਮ ਪੂਰੇ ਭਾਰਤ ਵਿੱਚ ਰੌਸ਼ਨ ਕੀਤਾ ਔਰ ਗੱਲ ਕਰਾਂਗੇ ਦਿਸ਼ਾਂਤ ਔਰ ਮਨਪ੍ਰੀਤ ਕਿਉਂਕਿ ਦਿਸ਼ਾਂਤ ਔਰ ਮਨਪ੍ਰੀਤ ਦੋਨੋਂ ਬੱਚੇ ਰਾਈਫਲ ਸ਼ੂਟਿੰਗ ਅਤੇ ਪਿਸਟਲ ਸ਼ੂਟਿੰਗ ਦੇ ਵਿੱਚ ਇੱਕ ਵੱਖਰਾ ਮੁਕਾਮ ਹਾਸਿਲ ਕਰਦੇ ਜਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਮੌਜੂਦ ਨੇ ਦਿਸ਼ਾਂਤ ਔਰ ਮਨਪ੍ਰੀਤ ਅਸੀਂ ਬਾਰੀ-ਬਾਰੀ ਪੁੱਛਾਂਗੇ ਕਿ ਕਿਹੜੇ-ਕਿਹੜੇ ਕੰਪੀਟੀਸ਼ਨਾਂ ਲੜੇ ਦਿਸ਼ਾਂਤ ਸਭ ਤੋਂ ਪਹਿਲੇ ਤੁਹਾਨੂੰ ਬਹੁਤ-ਬਹੁਤ ਮੁਬਾਰਕ ਹੈ ਔਰ ਤੁਸੀਂ ਇਹ ਦੱਸੋ ਕਿ ਰਾਈਫਲ ਹੈ ਤੁਸੀਂ ਪਿਸਟਲ ਸ਼ੂਟਿੰਗ ਕਰਦੇ ਹੋ ਨਾ ਪਿਸਟਲ ਸ਼ੂਟਿੰਗ ਦਾ ਮਨਚੇ ਕਿਸ ਤਰ੍ਹਾਂ ਖਿਆਲ ਆ ਰ ਕਦੋਂ ਤੁਸੀਂ ਸ਼ੁਰੂਆਤ ਕੀਤੀ ਇਹਦੀ ਮੈਂ ਜਦੋਂ 6ਵੀਂ ਚ ਸੀ ਤੇ ਉਦੋਂ ਮੇਰੇ ਪਾਪਾ ਜੀ ਮੈਨੂੰ ਇੱਕ ਸ਼ੂਟਿੰਗ ਰੇਂਜ ਦਿਖਾਣ ਲੈ ਕੇ ਗਏ ਸੀ ਤੇ ਉੱਤੇ ਮੈਂ ਇੱਕ ਵਾਰੀ ਚਲਾ ਕੇ ਦੇਖੀ ਇੱਕ ਦੋ ਗੋਲੀਆਂ ਤੇ ਮੈਨੂੰ ਉਦੋਂ ਤੋਂ ਸ਼ੌਕ ਆ ਗਿਆ ਤੁਸੀਂ ਕਿੱਥੇ ਕਿੱਥੇ ਗਏ ਹੋ ਹੁਣ ਤੱਕ ਕਿਹੜੇ ਕਿਹੜੇ ਕੰਪੀਟੀਸ਼ਨ ਲੜੇ ਔਰ ਕਿਹੜੇ ਕਿਹੜੇ ਮੈਡਲ ਲਏ ਮੈਂ ਜਿਆਦਾ ਡਿਸਟ੍ਰਿਕਟ ਸਟੇਟ ਖੇਡੇ ਆਂ ਆ ਤੇ ਮੈਂ ਮੁਹਾਲੀ ਚੰਡੀਗੜ੍ਹ ਤੇ ਮੈਂ ਅੱਧਾ ਇੰਡੀਆ ਕਵਰ ਕਰ ਲਿਆ ਜਿੱਦਾਂ ਮੈਂ ਅਸੰਸੋਲ ਗਿਆ ਸੀ ਕੇਰਲ ਗਿਆ ਸੀ ਵੈਸਟ ਬੰਗਾਲ ਅਹਮਦਾਬਾਦ ਭੂਪਾਲ ਤੇ ਕਈ ਜ਼ਿਆਰੀ ਜਗ੍ਹਾ ਗਿਆ ਆ ਵਿਸ਼ੰਤ ਇਹ ਦੱਸੋ ਕਿ ਪਰਿਵਾਰ ਦਾ ਤੁਹਾਨੂੰ ਕਿਸ ਤਰ੍ਹਾਂ ਸਪੋਰਟ ਰਹਿੰਦਾ ਔਰ ਤੁਹਾਡੇ ਬਾਹਰੋਂ ਸਕੂਲ ਚੋਂ ਕਿਸ ਤਰ੍ਹਾਂ ਸਪੋਰਟ ਮਿਲਦਾ ਇਸ ਕੰਮ ਲਈ ਤੁਹਾਨੂੰ ਮੇਰਾ ਪਰਿਵਾਰ ਹਮੇਸ਼ਾ ਮੈਨੂੰ ਮੋਟੀਵੇਟ ਕਰਦਾ ਰਹਿੰਦਾ ਜਦੋਂ ਮੇਰਾ ਕੋਈ ਵਧੀਆ ਨਾ ਹੋਵੇ ਅਪ ਡਾਊਨ ਆਵੇ ਉਦੋਂ ਵੀ ਮੇਰੇ ਨਾਲ ਹੀ ਖੜਾ ਰਹਿੰਦਾ ਤੇ ਸਕੂਲ ਹਮੇਸ਼ਾ ਕੋਆਪਰੇਟ ਕਰਦਾ ਜਦੋਂ ਛੁੱਟੀ ਦੇਣੀ ਹੋਵੇ ਉਦੋਂ ਛੁੱਟੀ ਕਰਦੇ ਮੈਂ ਹਮੇਸ਼ਾ ਕੋਆਪਰੇਟ ਕਰਦਾ ਫਿਊਚਰ ਵਿੱਚ ਕੀ پلان ਹੈ ਕਿ ਤੁਸੀਂ ਗੇਮਸ ਨੂੰ ਹੀ ਰੱਖੋਗੇ ਜਾਂ ਹੋਰ ਕਿਸੇ ਫੀਲਡ 'ਚ ਜਾਓਗੇ ਨਹੀਂ ਮੈਂ ਗੇਮਸ ਨੂੰ ਹੀ ਰੱਖੂੰਗਾ ਤੇ ਆਪਣੇ ਇੰਡੀਆ ਨੂੰ ਪ੍ਰਾਊਡ ਕਰਾਵਾਂਗਾ 올림픽 ਖੇਡਣ ਦੀ ਤਿਆਰੀ ਕਰੋਗੇ ਹਾਂਜੀ ਸਾਡੇ ਨਾਲ ਮਨਪ੍ਰੀਤ ਵੀ ਮੌਜੂਦ ਨੇ ਮਨਪ੍ਰੀਤ ਨਾਲ ਵੀ ਗੱਲ ਕਰ ਲੈਣ ਕਿਉਂਕਿ ਮਨਪ੍ਰੀਤ ਰਾਈਫਲ ਸ਼ੂਟਿੰਗ ਦੇ ਵਿੱਚ ਸਟੇਟ ਦੇ ਨਾਲ-ਨਾਲ ਨੈਸ਼ਨਲ 'ਚ ਵੀ ਇਹਨਾਂ ਨੇ ব্রੌਂਜ਼ ਮੈਡਲ ਲਿਆ ਹੋਇਆ ਮਨਪ੍ਰੀਤ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕ ਹੈ ਸਾਡੀ ਨਿਊਜ਼ 18 ਦੀ ਟੀਮ ਵੱਲੋਂ ਥੈਂਕ ਯੂ ਬਹੁਤ ਬਹੁਤ ਮਨਪ੍ਰੀਤ ਤੁਸੀਂ ਵੀ ਇਹ ਦੱਸੋ ਕਿ ਤੁਹਾਨੂੰ ਇਹ ਸ਼ੌਂਕ ਰਾਈਫਲ ਸ਼ੂਟਿੰਗ ਦਾ ਕਿਸ ਤਰ੍ਹਾਂ ਜੱਗਿਆ ਔਰ ਕਦੋਂ ਸ਼ੁਰੂਆਤ ਹੋਈ ਕਿੱਥੇ-ਕਿੱਥੇ ਇਹ ਸ਼ੌਂਕ ਮੇਰੇ ਫਾਦਰ ਤੋਂ ਬੇਸਿਕਲੀ ਆਇਆ ਹੈ ਉਹਨਾਂ ਨੂੰ ਲਾਈਕ ਬਹੁਤ ਜ਼ਿਆਦਾ ਐਨਰਜੀਸਮ ਇਸਪੋਰਟਸ ਲਈ ਤੇ ਉਹ ਮੈਨੂੰ ਫਸਟ ਟਾਈਮ ਇੱਕ ਲਾਈ ਤੁਹਨ ਐ షూਟਿੰਗ ਕਰਨੀ ਹੈ ਤੇ ਮੈਂ ਬਹੁਤ ਜ਼ਿਆਦਾ ਸੀਗੀ ਕਨਫਿਊਜ਼ ਕੀ ਐਮੀ ਕਰਦੇ ਨੇ ਲੇਕਿਨ ਉਥੋਂ ਮੇਰੀ ਸਪੋਰਟਸ ਦੀ ਜਰਨੀ ਸ਼ੁਰੂ ਹੋਈ ਮਨਪ੍ਰੀਤ ਤੁਸੀਂ ਕਿੱਥੇ ਕਿੱਥੇ ਗਏ ਹੋ ਤੁਸੀਂ ਰਾਈਫਲ ਸ਼ੂਟਿੰਗ ਦੇ ਵਿੱਚ ਕਿਸ ਕਿਸ 스테ਟ ਦੇ ਵਿੱਚ ਤੁਸੀਂ ਕੰਪੀਟੀਸ਼ਨ ਕਿਹੜੇ ਕਿਹੜੇ ਲੜੇ ਆ ਔਰ ਨੈਸ਼ਨਲ ਤੁਸੀਂ ਕਿੱਥੇ ਖੇਡਿਆ ਸੀ ਔਰ ਕਿਹੜਾ ਮੈਡਲ ਮਿਲਿਆ ਜਨਰਲੀ ਪੰਜਾਬ 'ਚ ਜਿੰਨੇ ਵੀ ਗੇਮਸ ਹੁੰਦੇ ਨੇ ਮੈਂ ਆਪਣਾ ਬੈਸਟ ਨਹੀਂ ਕਿ ਮੈਂ ਉੱਥੇ ਜਾਵਾ ਬਾਕੀ ਡਿਸਟ੍ਰਿਕਟ ਵਗੈਰਾ ਤੇ ਸਟੇਟਸ ਵਗੈਰਾ ਉਸ ਤੋਂ ਬਾਅਦ ਮੈਂ ਇੰਡੀਆ 'ਚ ਵੀ ਬਹੁਤ ਜਗ੍ਹਾ ਨੈਸ਼ਨਲਸ ਖੇਲੇ ਜਿੱਦਾਂ ਕੇਰਲਾ ਹੋ ਗਿਆ ਭੋਪਾਲ ਹੋ ਗਿਆ ਗੁਜਰਾਤ ਰਾਜਸਥਾਨ ਖੁਰ ਵੀ ਬਹੁਤ ਜ਼ਿਆਦਾ ਜਗ੍ਹਾ ਮਨਪ੍ਰੀਤ ਤੁਸੀਂ ਹੁਣ ਫਿਊਚਰ ਦੇ ਵਿੱਚ ਕੀ ਦੇਖਣਾ ਚਾਹੁੰਦੇ ਹੋ ਕਿ ਤੁਸੀਂ ਓਲੰਪਿਕ ਦੀ ਤਿਆਰੀ ਕਰੂੰਗੇ ਜਾਂ ਫਿਰ ਕਿਸੇ ਹੋਰ ਫੀਲਡ ਵਿੱਚ ਜਾਊਂਗਾ ਮੈਂ ਹਜੇ ਤੱਕ ਤਾਂ ਮੇਰਾ ਏਮ ਹੈ ਕਿ ਮੈਂ ਬੋਥ ਦੋਨੋਂ ਚੀਜ਼ਾਂ ਨੂੰ ਇੱਕਦਮ ਇਕੁਅਲ ਫੋਕਸ ਕਰਾਂ ਕਿਉਂਕਿ ਦੋਨੋਂ ਚੀਜ਼ਾਂ ਇੰਪੋਰਟੈਂਟ ਨੇ ਲਾਈਫ 'ਚ ਤੇ ਉਸ ਤੋਂ ਅੱਗੇ ਮੈਂ ਆਪਣੀ ਸ਼ੁਰੂ ਕਰਨਾ ਚਾਹਾਂਗੀ ਸਪੋਰਟਸ ਨੂੰ ਵੀ ਉਹਨਾਂ ਕਿਉਂਕਿ ਹੁਣ ਇੰਨਾ ਟਾਈਮ ਹੋ ਗਿਆ ਸਪੋਰਟਸ ਕਰਦੇ ਟਾਈਪ ਦਾ ਇੰਟਰਸਟ ਪੈਦਾ ਹੋਇਆ ਹੈ ਰਿਲੇਸ਼ਨ ਟਾਈਪ ਦਾ ਤੇ ਮੈਂ ਚਾਹਨੀ ਹੈ ਕਿ ਮੈਂ ਸਪੋਰਟਸ ਨੂੰ ਵੀ ਉਹਨਾਂ ਹੀ ਅੱਗੇ ਲੈ ਕੇ ਜਾਵਾਂ ਸਪੋਰਟਸ ਨੂੰ ਹੀ ਉਹਨਾਂ ਅੱਗੇ ਲੈ ਕੇ ਜਾਵਾਂ ਸਾਡੇ ਨਾਲ ननप्रीत तो दिशांत दे स्कूल के दे प्रिंसिपल सर मौजूद ने क्योंकि प्रधानाचार्य जो है वो हमेशा इन्होंने बच्चों को गाइड करते हैं सर आपके स्कूल के बच्चे एक मुकाम हासिल करते जा रहे हैं ए, कैसा फील कर रहे हो नमस्कार स्कूल सभी बच्चों पे बराबर कोशिश करता है लेकिन जब कोई बच्चा मुकाम हासिल करता है तो स्कूल ऐसे खुश होता है जैसे उसके खुद के बच्चे ने मुकाम हासिल किया है हमारे दोनों बच्चे बहुत एक्टिव हैं स्पोर्ट्स के अंदर दिशांत ठाकुर और ये मनप्रीत दोनों एक पिस्टल शूटिंग में है एक राइफल शूटिंग में इन बच्चों ने एक स्पेशल मुकाम हासिल किया इतनी छोटी सी उम्र में ये स्टेट लेवल और नेशनल लेवल पे खेलने लगे और वहाँ पे मेडल्स भी लाए और आगे जब मैं इनसे बात करता हूँ जब भी इनसे बात करता हूँ तो पढ़ाई का भी नाम लेते हैं पढ़ाई में भी अच्छे हैं और गेम्स में भी ये चाहते हैं कि ये इंडिया को रिप्रेजेंट करें ओलंपिक्स में और ना केवल रिप्रेजेंट करें बल्कि इंडिया के लिए गोल्ड ला करके इंडिया का झंडा पूरे विश्व में हमेशा ऊँचा रखें मनप्रीत आखिर में आपसे सवाल है कि आप दोनों उन बच्चों को क्या संदेश दोगे जो आपकी उम्र के हैं क्या मैसेज देंगे आप सबसे पहले तो ये है कि अपना बेस्ट दो जो भी करते हो और दूसरा इंटरेस्ट होना चाहिए क्योंकि इंटरेस्ट नहीं है तो आप उसमें अपना बेस्ट नहीं दे सकते बाकी अगर आप दिल से मेहनत करते हो तो आपको वो ज़रूर मिलेगा जो आप चाहते हो